ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਤੇ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ। ਜਦੋਂ ਦਾ ਫਿਲਮਸ ਦਾ ਸਫ਼ਰ ਮੁੜ ਤੋਂ ਸ਼ੁਰੂ ਹੋਇਆ ਉਦੋਂ ਤੋਂ ਹੀ ਨਿਮਰਤ ਖਹਿਰਾ ਦੇ ਫੈਨਸ ਨੂੰ ਉਡੀਕ ਸੀ ਕਿ ਨਿਮਰਤ ਖਹਿਰਾ ਦੀਆਂ ਫਿਲਮਾਂ ਕਦੋਂ ਰਿਲੀਜ਼ ਹੋਣਗੀਆਂ। ਨਿਮਰਤ ਖਹਿਰਾ ਦੀਆਂ ਮੋਸਟ ਵੇਟਿਡ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਹੈ ਜੇ ਜੱਟ ਵਿਗੜ ਗਿਆ ਅਤੇ ਦੂਜੀ ਹੈ ਜੋੜੀ। ਜੋੜੀ ਦੀ ਹਜੇ ਤੱਕ ਰਿਲੀਜ਼ ਡੇਟ ਅਨਾਊਂਸ ਨਹੀਂ ਕੀਤੀ ਗਈ ਅਤੇ ਜੇ ਜੱਟ ਵਿਗੜ ਗਿਆ ਦੀ ਵੀ ਰਿਲੀਜ਼ ਡੇਟ ਹਜੇ ਤੱਕ ਮੇਕਰਸ ਵੱਲੋਂ ਅਨਾਊਂਸ ਨਹੀਂ ਕੀਤੀ ਗਈ। ਲੇਕਿਨ ਕੁਝ ਦਿਨਾਂ ਤੋਂ ਅੰਬਰਦੀਪ ਰੈਗੂਲਰਲੀ ਆਪਣੇ ਇੰਸਟਾਗ੍ਰਾਮ ਦੇ ਉੱਪਰ ਪੋਸਟ ਸ਼ੇਅਰ ਕਰਦੇ ਸੀ ਅਤੇ ਨਾਲ 3 ਦਸੰਬਰ ਬਿੱਗ ਸਰਪ੍ਰਾਈਜ਼ ਲਿਖਦੇ ਸੀ। ਅਤੇ ਸਾਨੂੰ ਬਿਲਕੁਲ ਵੀ ਆਈਡੀਆ ਨਹੀਂ ਲੱਗਦਾ ਸੀ ਕਿ 3 ਦਸੰਬਰ ਨੂੰ ਆਖਿਰ ਹੋਣ ਕੀ ਵਾਲਾ। ਲੇਕਿਨ ਅੱਜ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਦੇ ਉੱਪਰ ਪੋਸਟ ਸ਼ੇਅਰ ਕੀਤੀ ਜਿਹਦੇ ਵਿੱਚ ਉਹਨਾਂ ਦੀ ਲੁੱਕ ਜੇ ਜੱਟ ਵਿਗੜ ਗਿਆ ਫਿਲਮ ਵਾਲੀ ਹੀ ਹੈ ਅਤੇ ਉਹਨਾਂ ਨੇ ਵੀ ਲਿਖਿਆ 3 ਦਸੰਬਰ ਸਰਪ੍ਰਾਈਜ਼ ਸੂਨ। ਦੇ ਨਾਲ ਉਹਨਾਂ ਨੇ ਅਦਿਤੀ ਦੇਵ ਸ਼ਰਮਾ ਅਤੇ ਅੰਬਰਦੀਪ ਨੂੰ ਟੈਗ ਕੀਤਾ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਇਹ ਫਿਲਮ ਜੇ ਜੱਟ ਵਿਗੜ ਗਿਆ 3 ਦਸੰਬਰ ਨੂੰ ਰਿਲੀਜ਼ ਹੋ ਸਕਦੀ ਹੈ। ਸੋ ਤੁਹਾਨੂੰ ਦੱਸ ਦੇਵਾਂ ਕਿ ਜੇ ਜੱਟ ਵਿਗੜ ਗਿਆ ਦੇ ਵਿੱਚ ਅੰਬਰਦੀਪ ਅਤੇ ਨਿਮਰਤ ਖਹਿਰਾ ਦੇ ਨਾਲ ਨਾਲ ਅਦਿਤੀ ਦੇਵ ਸ਼ਰਮਾ, ਕਰਮਜੀਤ ਅਨਮੋਲ, ਜੇ ਰੰਧਾਵਾ, ਨਿਰਮਲ ਰਿਸ਼ੀ, ਹਰਦੀਪ ਗਿੱਲ, ਸੁਖਵਿੰਦਰ, ਬਲਵਿੰਦਰ ਬੁਲੇਟ, ਗੁਰਪ੍ਰੀਤ ਕੌਰ ਪੰਗੂ, ਜਰਨੈਲ ਸਿੰਘ, ਹੋਰ ਵੀ ਬਹੁਤ ਜਾਣੇ ਨਜ਼ਰ ਆਉਣਗੇ। ਅੰਬਰਦੀਪ ਦੀ ਇਹ ਕਹਾਣੀ ਕਿਸਾਨਾਂ ਦੇ ਉੱਪਰ ਹੈ, ਕਿਸਾਨੀ ਦੇ ਉੱਪਰ ਹੈ। ਜਦ ਅੰਬਰਦੀਪ ਨੇ ਇਸ ਦੀ ਪੋਸਟ ਸ਼ੇਅਰ ਕੀਤੀ ਉਹਨਾਂ ਨੇ ਕੁਛ ਨਾ ਕੁਛ ਕਿਸਾਨੀ ਰਿਲੇਟਿਡ ਜ਼ਰੂਰ ਲਿਖਿਆ। ਅੰਬਰਦੀਪ ਨੇ ਆਪਣੀ ਇੱਕ ਪੋਸਟ ਦੇ ਵਿੱਚ ਲਿਖਿਆ ਸੀ, ਜੇ ਜੱਟ ਵਿਗੜ ਗਿਆ ਫਿਲਮ ਰਿਲੀਜ਼ ਡੇਟ ਟੂ ਬੀ ਅਨਾਊਂਸਡ ਸੂਨ, ਫਿਲਮ ਡੈਡੀਕੇਟਿਡ ਟੂ ਉਹਨਾਂ ਮਿੱਟੀ ਦੇ ਪੁੱਤਾਂ ਨੂੰ ਜਿਨ੍ਹਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਪੱਥਰਾਂ ਨਾਲ ਮੱਥਾ ਲਾਇਆ ਹੋਇਆ। ਸੋ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਕਿਸਾਨ ਅੰਦੋਲਨ ਦੀ ਜੋ ਕਹਾਣੀ ਹੈ ਉਸਨੂੰ ਕਿਤੇ ਨਾ ਕਿਤੇ ਅੰਬਰਦੀਪ ਦੀ ਇਹ ਫਿਲਮ ਬਿਆਨ ਕਰਨ ਵਾਲੀ ਹੈ। ਅੰਬਰਦੀਪ ਇਸ ਫਿਲਮ ਨੂੰ ਅੰਬਰਦੀਪ ਪ੍ਰੋਡਕਸ਼ਨਸ ਦੇ ਲੇਬਲ ਹੇਠਾਂ ਰਿਲੀਜ਼ ਕਰਨਗੇ ਅਤੇ ਇਸ ਦੀ ਕਹਾਣੀ ਅਤੇ ਇਸਦਾ ਡਾਇਰੈਕਸ਼ਨ ਅੰਬਰਦੀਪ ਦਾ ਹੀ ਹੈ। ਸੋ ਤੁਹਾਨੂੰ ਇਸ ਫਿਲਮ ਦਾ ਕਿੰਨਾ ਇੰਤਜ਼ਾਰ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਅਤੇ ਪਰਦੇ ਦੇ ਉੱਪਰ ਅੰਬਰਦੀਪ ਅਤੇ ਨਿਮਰਤ ਦੀ ਜੋੜੀ ਨੂੰ ਦੇਖਣ ਲਈ ਤੁਸੀਂ ਕਿੰਨੇ ਬੇਤਾਬ ਹੋ ਇਹ ਵੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ। ਬਟ ਅੰਬਰਦੀਪ ਦਾ ਇਹ ਸਸਪੈਂਸ ਅਸੀਂ ਖਤਮ ਕਰ ਰਹੇ ਹਾਂ ਜੋ ਉਹਨਾਂ ਨੇ ਕਾਫ਼ੀ ਚਿਰਾਂ ਤੋਂ ਬਣਾ ਕੇ ਰੱਖਿਆ ਹੋਇਆ ਸੀ ਕਿ 3 ਦਸੰਬਰ ਨੂੰ ਕੁਝ ਹੋਣ ਵਾਲਾ ਹੈ। ਸੋ ਅੰਬਰਦੀਪ ਦੀ ਲੁੱਕ ਬਹੁਤ ਜ਼ਿਆਦਾ ਡਿਫਰੈਂਟ ਨਜ਼ਰ ਆ ਰਹੀ ਹੈ ਉਹਨਾਂ ਦੀ ਪ੍ਰੀਵੀਅਸ ਫਿਲਮਸ ਦੇ ਵਿੱਚੋਂ। ਇਸ ਫਿਲਮ ਦੇ ਵਿੱਚ ਪੂਰਾ ਜੱਟਾਂ ਵਾਲਾ ਐਟੀਟਿਊਡ, ਰੋਬ, ਹਰ ਸਟਾਈਲ ਦਿਖਾਇਆ ਗਿਆ। ਇਹ ਦੇਖਣ ਲਈ ਅਸੀਂ ਸਭ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਕਿ ਕਿਸਾਨਾਂ ਦੇ ਉੱਪਰ ਬਣੀ ਇਸ ਫਿਲਮ ਦੇ ਵਿੱਚ ਅੰਬਰਦੀਪ ਹੋਰ ਕਿਹੜੇ ਕਿਹੜੇ ਪਹਿਲੂਆਂ ਨੂੰ ਉਜਾਗਰ ਕਰਦੇ ਨੇ ਅਤੇ ਲੋਕਾਂ ਨੂੰ ਇਹ ਫਿਲਮ ਕਿੱਦਾਂ ਦੀ ਲੱਗੇਗੀ। ਸੋ ਜਦੋਂ ਇਹ ਟ੍ਰੇਲਰ ਰਿਲੀਜ਼ ਹੋਏਗਾ ਸਭ ਤੁਹਾਨੂੰ ਸਾਰੀਆਂ ਜਾਣਕਾਰੀਆਂ ਅਸੀਂ ਦੇ ਦਾਂਗੇ। ਅੱਜ ਲਈ ਇੰਨਾ ਹੀ, ਜਲਦੀ ਮੁੜ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਹਾਡਾ ਅਤੇ ਮੇਰਾ ਰੱਬ ਰਾਖਾ।